ਪਿਸਤੌਲ ਦੀ ਨੋਕ ਤੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿੱਥੇ ਇੱਕ ਰਾਹ ਜਾਂਦੇ ਮੋਟਰਸਾਈਕਲ ਸਵਾਰ ਮੁੰਡੇ ਨੂੰ ਰੋਕ ਕੇ ਉਸਦਾ ਮੋਟਰਸਾਈਕਲ ਖੋ ਕੇ ਲੁਟੇਰੇ ਫਰਾਰ ਹੋ ਗਏ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਹੈ, ਜਿਸ ਦੇ ਵਿੱਚ ਇਹ ਨਜ਼ਰ ਆਇਆ ਹੈ ਕਿ ਇੱਕ ਜੋ ਮੁੰਡਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਹੈ, ਟਾਇਰ ਦੇ ਵਿੱਚ ਹਵਾ ਭਰਾਉਣ ਦੇ ਲਈ ਨਿਕਲਿਆ ਸੀ ਤੇ ਬੇਹੱਦ ਹੌਲੀ ਰਫਤਾਰ ਦੇ ਨਾਲ ਉਹ ਬਾਈਕ ਚਲਾ ਰਿਹਾ ਸੀ ਤਾਂ ਅੱਗੇ ਮੋੜ ਦੇ ਉੱਤੇ ਹੀ ਮੂੰਹ ਤੇ ਸਾਫੀ ਬੰਨ ਕੇ ਖੜੇ ਇਹ ਲੁਟੇਰੇ ਉਡੀਕ ਵਿੱਚ ਸਨ ਵਾਰਦਾਤ ਕਰਨ ਦੇ, ਜਿਨ੍ਹਾਂ ਨੇ ਮੁੰਡੇ ਨੂੰ ਪਹਿਲਾਂ ਰੋਕਿਆ, ਫਿਰ ਉਸਦੇ ਚਪੇੜਾਂ ਮਾਰੀਆਂ ਅਤੇ ਫਿਰ ਉਸਨੂੰ ਪਿਸਤੌਲ ਦਿਖਾ ਕੇ ਮੋਟਰਸਾਈਕਲ ਤੋਂ ਉਤਰਨ ਲਈ ਕਿਹਾ। ਜਿਵੇਂ ਹੀ ਉਹ ਮੁੰਡਾ ਡਰਦਾ ਹੋਇਆ ਮੋਟਰਸਾਈਕਲ ਤੋਂ ਉਤਰਿਆ ਤਾਂ ਉਸਦਾ ਸਮਾਨ ਵੀ ਇਹਨਾਂ ਲੁਟੇਰਿਆਂ ਨੇ ਥੱਲੇ ਸੁੱਟ ਦਿੱਤਾ ਤੇ ਬਾਈਕ ਲੈ ਕੇ ਉੱਥੋਂ ਫਰਾਰ ਹੋ ਗਏ। ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਹੀ ਇਸ ਮੁੰਡੇ ਦਾ ਮੋਟਰਸਾਈਕਲ ਖੋ ਕੇ ਲੁਟੇਰੇ ਫਰਾਰ ਹੋਏ ਨੇ। ਰਿਵਾਲਵਰ ਇਹਨਾਂ ਦੇ ਹੱਥ ਵਿੱਚ ਸੀ, ਜੋ ਮੁੰਡੇ ਨੂੰ ਦਿਖਾਈ ਜਾਂਦੀ ਹੈ, ਡਰਾਇਆ ਜਾਂਦਾ ਹੈ, ਮੂੰਹ ਤੇ ਚਪੇੜਾਂ ਮਾਰੀਆਂ ਜਾਂਦੀਆਂ ਹੈ ਤੇ ਫਿਰ ਉਸਨੂੰ ਮੋਟਰਸਾਈਕਲ ਤੋਂ ਹੇਠਾਂ ਲਾ ਕੇ ਉਸਦਾ ਸਮਾਨ ਸੁੱਟ ਕੇ ਲੁਟੇਰੇ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹਨਾਂ ਲੁਟੇਰਿਆਂ ਨੂੰ ਦੇਖਿਆ ਗਿਆ ਹੈ, ਜਿੱਥੇ ਇੱਕ ਪਾਸੇ ਤਾਂ ਇਹ ਲੁਟੇਰੇ ਪਹਿਲਾਂ ਪੈਦਲ ਜਾਂਦੇ ਹੋਏ ਨਜ਼ਰ ਆ ਰਹੇ ਨੇ, ਮੂੰਹ ਤੇ ਸਾਫੇ ਬੰਨੇ ਹੋਏ ਨੇ, ਮੂੰਹ ਢੱਕਿਆ ਹੋਇਆ ਹੈ ਤੇ ਦੇਖਣ ਦੇ ਵਿੱਚ ਬਿਲਕੁਲ ਵੀ ਨਹੀਂ ਲੱਗ ਰਿਹਾ ਹੈ ਕਿ ਇਹ ਕੋਈ ਲੁਟੇਰੇ ਹੋਣਗੇ ਜਾਂ ਇਹਨਾਂ ਕੋਲ ਹਥਿਆਰ ਵੀ ਹੋਏਗਾ। ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇਹੀ ਤੁਰੇ ਜਾਂਦੇ ਹੋਏ ਲੁਟੇਰੇ ਇੱਕ ਬਾਈਕ ਤੇ ਜਾਂਦੇ ਨਜ਼ਰ ਆਏ ਨੇ, ਜੋ ਕਿ ਵਾਰਦਾਤ ਤੋਂ ਬਾਅਦ ਦੀ ਫੁਟੇਜ ਹੈ, ਜਿਸ ਵਿੱਚ ਮੋਟਰਸਾਈਕਲ ਖੋ ਕੇ ਜਦੋਂ ਇਹ ਫਰਾਰ ਹੋਏ ਨੇ ਤਾਂ ਉਦੋਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਮੁੰਡੇ ਦਾ ਕਹਿਣਾ ਹੈ ਕਿ ਉਹ ਆਪਣੇ ਮੋਟਰਸਾਈਕਲ ਦੇ ਟਾਇਰ 'ਚ ਹਵਾ ਭਰਾਉਣ ਦੇ ਲਈ ਜਾ ਰਿਹਾ ਸੀ, ਜਿਸ ਕਰਕੇ ਬਾਈਕ ਵੀ ਹੌਲੀ ਰਫਤਾਰ ਨਾਲ ਚਲਾ ਰਿਹਾ ਸੀ ਤੇ ਅੱਗੇ ਹੀ ਇਹ ਲੁਟੇਰੇ ਖੜੇ ਸੀ, ਮੂੰਹ ਬੰਨੇ ਹੋਏ ਸਨ। ਇਹਨਾਂ ਨੇ ਪਹਿਲਾਂ ਤਾਂ ਚਪੇੜਾਂ ਮਾਰੀਆਂ ਮੁੰਡੇ ਦੇ ਤੇ ਫਿਰ ਉਸਨੂੰ ਪਿਸਤੌਲ ਦਿਖਾ ਕੇ ਬਾਈਕ ਤੋਂ ਹੇਠਾਂ ਉਤਰਨ ਲਈ ਕਿਹਾ ਅਤੇ ਉਸਦਾ ਸਮਾਨ ਸੁੱਟ ਕੇ ਤੇ ਮੁੰਡੇ ਨੂੰ ਕੁੱਟਮਾਰ ਕਰਕੇ ਉੱਥੇ ਛੱਡ ਕੇ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਿਨ੍ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਜੋ ਲੁਟੇਰੇ ਨਜ਼ਰ ਆਏ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਗੱਲ ਹੋਈ ਤੇਰੇ ਨਾਲ? ਮੇਰੇ ਨਾਲ ਗੱਲ ਹੋਈ ਹੈ, ਮੋਟਰਸਾਈਕਲ ਖੋ ਕੇ ਲੈ ਕੇ ਮੇਰੇ ਤੋਂ ਚਪੇੜੇ ਮਾਰ ਕੇ, ਵਾਰ ਸੀਗਾ ਉਹਨਾਂ ਕੋਲ ਅਸਲਾ, ਉਹ ਦਿਖਾ ਕੇ ਕਹਿੰਦੇ ਉੱਤਰ ਜਾ ਨਹੀਂ ਤਾਂ ਮਾਰ ਦਾਂਗੇ, ਵੀ ਕੋਈ ਨਾ ਕੋਈ ਵਾਰਦਾਤ ਹੋ ਜਾਵੇ ਇੱਥੇ। ਕਿੰਨੇ ਜਣੇ ਸੀਗੇ? ਦੋ ਜਣੇ ਸੀਗੇ। ਅਤੇ ਕਿਹੋ ਜਿਹੇ ਸੀਗੇ ਉਹ? ਵੀ 22-23 ਸਾਲਾਂ ਦੇ ਸੀਗੇ। ਮੂੰਹ ਬੰਨੇ ਸੀਗੇ? ਮੂੰਹ ਬੰਨੇ ਹੋਏ ਸੀਗੇ। ਕਾਹਦੇ ਨਾਲ? ਵੀ ਸਾਫਿਆਂ ਨਾਲ ਹੀ ਸੀਗੇ। ਅੱਛਾ, ਹਾਂਜੀ। ਅਤੇ ਮੋਟਰਸਾਈਕਲ ਦਾ ਸਟੈਂਡ ਭੰਨ ਕੇ, ਮੋਟਰਸਾਈਕਲ ਥੱਲੇ ਸੁੱਟ ਕੇ, ਮੇਰਾ ਸਮਾਨ ਪਰੇ ਸੁੱਟ ਕੇ, ਮੇਰਾ ਖੋ ਕੇ ਲੈ ਗਏ। ਹਾਂਜੀ, ਮੋਟਰਸਾਈਕਲ ਦੀ ਹਵਾ ਘੱਟ ਸੀ, ਮੈਂ ਹੌਲੀ ਆਈ ਜਾਂਦਾ ਸੀਗਾ। ਸਹੀ ਮੌਕੇ ਤੇ? ਹਾਂਜੀ, ਨਹੀਂ ਪੁਲਿਸ ਆਏ ਨਹੀਂ ਸੀ ਕੋਈ। ਹੁਣ ਆਏ ਪੁਲਿਸ ਵਾਲੇ? ਪੁਲਿਸ ਵਾਲੇ ਆਏ ਹੋਏ। ਹਾਂਜੀ। ਕੋਈ ਤੇਰੀ ਲਾਕਡਾਊਨ ਤਾਂ ਨਹੀਂ? ਨਾ ਨਾ, ਕੋਈ ਲਾਕਡਾਊਨ ਨਹੀਂ ਕਿਸੇ ਨਾਲ। ਇੱਕ ਲੜਕਾ ਦੇ ਮੋਟਰਸਾਈਕਲ ਤੇ ਥੋੜੀ ਹਵਾ ਜੀ ਘੱਟ ਸੀ, ਮੈਂ ਹਵਾ ਭਰਾ ਲਵਾਂ, ਇਧਰੋਂ ਆ ਰਿਹਾ ਸੀ ਬੱਸ ਸਟੈਂਡ ਵਾਲੀ ਸਾਈਡ ਤੋਂ ਤੇ ਸਵਰਨ ਪੈਲਸ ਤੋਂ ਆਹ ਜਿਹੜਾ ਪੁਆਇੰਟ ਹੈਗਾ ਪਿੱਛੇ ਤੁਸੀਂ ਕਵਰ ਕੀਤਾ ਹੈਗਾ, ਇੱਥੇ ਦੋ ਬੰਦੇ ਨੇ ਇਹਨੂੰ ਰੋਕੇ, ਇਹਨੂੰ ਕਹਿੰਦੇ ਮੋਟਰਸਾਈਕਲ ਦੇ ਤੇ, ਅਤੇ ਇਹਦੇ ਦੱਸਣ ਦਾ ਕਿਹਨੇ ਕਹਿੰਦਾ ਥੋੜ੍ਹਾ ਜਿਹਾ ਕੱਪੜਾ ਚੱਕ ਕੇ ਦਿਖਾਇਆ ਵੀ ਸਾਡੇ ਕੋਲ ਵੈਪਨ ਹੈ। ਇਹਨਾਂ ਦਾ ਜਿਹੜਾ 17 ਮਾਡਲ ਸੀਗੇ ਸਪਲੈਂਡਰ ਮੋਟਰਸਾਈਕਲ ਖੋ ਕੇ ਲੈ ਗਏ।